ਉਸੀ ਪੁਰਾਣੇ ਪੈਨ ਨੂੰ ਸੁੱਟਣ ਦੀ ਬਜਾਏ ਉਸ ਤੋਂ ਛੋਟਾ ਪੰਪ ਬਣਾ ਸਕਦੇ ਹੋ ਇਸ ਲਈ ਤੁਹਾਨੂੰ ਸਾਈਕਲ ਦੀ ਤਾਰ ਦਾ ਗੱਜ ਧਾਗਾ ਬਾਲ ਪੈਨ ਦਾ ਰਿਫਿਲ ਆਦ ਸਾਮਾਨ ਚਾਹੀਦਾ ਹੈ ਸਾਈਕਲ ਦੇ ਗੱਜ ਦੇ ਕੋਨੇ ਤੇ ਧਾਗਾ ਬੰਨ ਦਿਓ ਅਤੇ ਗੱਠ ਮਾਰ ਦਿਓ ਧਾਗੇ ਦਾ ਬਣਿਆ ਪਿਸਟਨ ਪੈਨ ਦੇ ਅੰਦਰ ਪੂਰਾ ਟਾਈਟ ਹੋਣਾ ਚਾਹੀਦਾ ਹੈ ਇਹ ਪੰਪ ਦਾ ਪਿਸਟਨ ਅਤੇ ਕੌਨ ਰੋਡ ਬਣਾਵੇਗਾ ਫਿਰ ਪੈਨ ਦੇ ਵਿੱਚ ਦੋ ਮੋਰੀਆਂ ਕਰ ਲਵੋ ਇੱਕ ਟੱਕਣ ਦੇ ਸਿਰੇ ਤੇ ਦੂਜੇ ਪੈਨ ਦੇ ਕੋਲ ਹਿੱਸੇ ਤੇ ਟੱਕਣ ਨੂੰ ਹਟਾ ਦਿਓ ਅਤੇ ਪੈਨ ਦੇ ਵਿੱਚ ਸਾਈਕਲ ਦੀ ਬਾਲ 베アリング ਨੂੰ ਪਾ ਦਿਓ ਫਿਰ ਪਿਸਟਨ ਅਤੇ ਕੌਨ ਰੌਡ ਨੂੰ ਤੱਕੋ ਅਤੇ ਫਿਰ ਤੂੰ ਟੱਕ ਨੂੰ ਆਪਣੀ ਜਗ੍ਹਾ ਲਗਾ ਦਿਓ ਗੇਂਦ ਆਜ਼ਾਦ ਹੋਣੀ ਚਾਹੀਦੀ ਹੈ ਅਤੇ ਪਿਸਟਨ ਪੈਨ ਦੇ ਅੰਦਰ ਆਰਾਮ ਨਾਲ ਹਿੱਲੇਗਾ ਅਖੀਰ ਵਿੱਚ ਪੈਨ ਦੀ ਮੋਰੀ ਵਿੱਚ ਛੋਟਾ ਜਿਹਾ ਬਾਲ ਪੈਨ ਰੀਫਿਲ ਟੱਕ ਦਿਓ ਇਹ ਡਿਲੀਵਰੀ ਪਾਈਪ ਹੋਵੇਗਾ ਪੰਪ ਨੂੰ ਪਾਣੀ ਦੇ ਮੱਗ ਵਿੱਚ ਸਿੱਧਾ ਰੱਖੋ ਅਤੇ ਸਾਈਕਲ ਦੇ ਗੱਜ ਨਾਲ ਪਿਸਟਨ ਨੂੰ ਉੱਪਰ ਥੱਲੇ ਕਰੋ ਕੁਝ ਦੇਰ ਅਜਿਹਾ ਕਰਨ ਨਾਲ ਪਾਣੀ ਰਿਫਿਲ ਵਿੱਚੋਂ ਬਾਹਰ ਆਉਣ ਲੱਗ ਜਾਵੇਗਾ ਇਹ ਬਹੁਤ ਹੀ ਸੋਹਣਾ ਮਿੰਨੀ ਪੰਪ ਘੱਟ ਖਰਚੇ ਨਾਲ ਬਣ ਜਾਵੇਗਾ